ਅਸੀਂ ਸ਼ਾਂਤਮਈ ਧਰਨੇ ਤੇ ਦਿੱਲੀ ਜਾ ਰਹੇ, ਸਾਨੂੰ ਹਰਿਆਣਾ ਬਾਰਡਰ ਤੇ ਰੋਕ ਲਿਆ। ਸਮਾਂ ਲੰਘਾਉਣਾ ਵੀ ਥੋੜਾ ਔਖਾ ਜਿਹਾ ਨੀ ਲੱਗਦਾ? ਘਰ ਪਰਿਵਾਰ ਚ ਤਾਂ ਪਰਿਵਾਰ ਨਾਲ ਲੰਘ ਜਾਂਦਾ। ਔਖਾ ਤਾਂ ਹੈਗਾ ਪਰ ਹੁਣ ਕੀ ਯਾਰ ਕਰੀਏ, ਕਿ ਪਿੱਛੇ ਮੁੜ ਨੀ ਸਕਦੇ ਅਸੀਂ। ਭਾਵੇਂ ਸਾਨੂੰ 6 ਮਹੀਨੇ ਲੱਗ ਜਾਏ, ਭਾਵੇਂ ਸਾਲ ਲੱਗ ਗਿਆ, ਅੱਗੇ ਅਸੀਂ ਤੇ 15 ਮਹੀਨੇ ਇੱਥੇ ਵੇਖੇ ਗਏ ਹਾਂ। ਸ਼ੰਭੂ ਬਾਰਡਰ ਦੇ ਉੱਪਰ ਮੌਜੂਦ ਹਾਂ, ਸਾਡੇ ਨਾਲ ਕੁਝ ਬਾਬਾ ਜੀ ਵੀ ਨੇ, ਉਹ ਵੀ ਇਸ ਧਰਨੇ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਆਏ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਬਾਬਾ ਜੀ। ਸਤਿ ਸ਼੍ਰੀ ਅਕਾਲ ਜੀ। ਕਿੱਥੋਂ ਆਏ ਹੋ ਜੀ? ਸਰ ਸਿੰਘ ਤੋਂ। ਪੂਰੇ ਪਿੰਡ ਦੇ ਵਿੱਚੋਂ ਕਿੰਨੇ ਜਣੇ ਆਏ ਹੋ? 20-25 ਬੰਦੇ ਆਏ ਆ। ਅੱਛਾ, ਟਰੈਕਟਰ ਟਰਾਲੀਆਂ ਲੈ ਕੇ ਆਏ ਹੋ? ਹਾਂ। ਤੇ ਹੁਣ ਅੱਗੇ ਇੰਤਜ਼ਾਰ ਕਰ ਰਹੇ ਹੋ? ਹਾਂ, ਕਰ ਰਹੇ ਹਾਂ। ਹਾਂਜੀ, ਤੇ ਘਰ ਪਿੱਛੇ ਕੌਣ ਹੈ ਤੁਹਾਡੇ? ਘਰ ਬੱਚੇ ਮੁੰਡੇ ਯਾਤਰਾ। ਹਾਂਜੀ, ਤੇ ਇਸ ਉਮਰ ਦੇ ਵਿੱਚ ਧਰਨਿਆਂ ਦੇ ਲਈ ਨਿਕਲਣਾ ਪੈ ਰਿਹਾ, ਕੀ ਕਹੋਗੇ? ਦਿੱਲੀ ਜਾ ਰਹੇ, ਸਾਨੂੰ ਹਰਿਆਣਾ ਬਾਰਡਰ ਤੇ ਰੋਕ ਲਿਆ। ਜਾ ਕੇ ਤੁਸੀਂ ਵੇਖ ਹੀ ਆਏ ਜੇ ਵੇਖ ਤੋਂ ਕੀ ਬਣ ਰਿਹਾ, ਵੇਖ ਤੋਂ ਸਾਨੂੰ ਗਾਹ ਨੀ ਜਾਣ ਦੇ। ਅਸੀਂ ਨਾ ਆਪਣੀਆਂ ਮੰਗਾਂ ਮੰਗਦੇ ਵੀ ਇੱਕ ਸਾਨੂੰ ਖਰੀਦ ਗਰੰਟੀ ਮਿਲ ਜੇ, ਐਸ ਪੀ ਸੀ ਆ, ਤੇ ਦੂਜਾ ਮਤਲਬ ਵੀ ਜਿਹੜੇ ਸਾਡੇ ਕਿਸਾਨਾਂ ਦੇ ਕਰਜ਼ੇ ਮਾਫ਼ ਹੋ ਜਾਣ, ਤੇ ਜਿਹੜੀਆਂ ਸਾਡੀਆਂ ਹੋਰ ਆ ਫਸਲਾਂ, ਜਿਹੜੀ 23 ਫਸਲਾਂ ਨਾ, ਉਹਨੇ ਮੰਗ ਕਰਦੇ ਸਾਨੂੰ ਰੇਟ ਮਿਲ ਜਾਣ। ਬਾਬਾ ਜੀ, ਹੁਣ ਇੰਤਜ਼ਾਰ ਕਰਨਾ ਪੈ ਰਿਹਾ, ਪਰ ਸਮਾਂ ਲੰਘਾਉਣਾ ਵੀ ਥੋੜਾ ਔਖਾ ਜਿਹਾ ਨੀ ਲੱਗਦਾ? ਘਰ ਪਰਿਵਾਰ ਚ ਤਾਂ ਪਰਿਵਾਰ ਨਾਲ ਲੰਘ ਜਾਂਦਾ। ਔਖਾ ਤਾਂ ਹੈਗਾ ਪਰ ਹੁਣ ਕੀ ਯਾਰ ਕਰੀਏ, ਕਿ ਪਿੱਛੇ ਮੁੜ ਨੀ ਸਕਦੇ ਅਸੀਂ। ਸ਼ਾਂਤਮਈ ਧਰਨੇ ਤੇ ਜਾਣਾ ਚਾਹੁੰਦੇ, ਸਾਨੂੰ ਰੋਕਿਆ ਨਾ। ਜਾਂ ਤਾਂ ਉਹਨੂੰ ਕਿਸੇ ਲੜਾਈ ਕਰਦੇ, ਉੱਥੇ ਜਾ ਕੇ ਬਹਿਣਾ ਹੀ, ਆਪਦੀ ਮੰਗ ਹੀ ਮੰਗਣੀ ਆ। ਸਰਕਾਰ ਨੇ ਸਾਨੂੰ ਰੋਕਿਆ। ਤੁਸੀਂ ਕੀ ਕਹਿਣਾ ਚਾਹੋਗੇ ਬਾਬੀ? ਅਸੀਂ ਲੜਾਈ ਨਹੀਂ ਕਰਨਾ ਚਾਹੁੰਦੇ ਸਰਕਾਰ ਦੇ ਨਾਲ, ਆਪੇ ਹਾਕਮ ਵਾਸਤੇ ਸ਼ਾਂਤਮਈ ਅੰਦੋਲਨ ਸਾਡਾ ਜਾਰੀ ਆ। ਕਿੰਨਾ ਕੁ ਪ੍ਰਬੰਧ ਕਰਕੇ ਆਏ ਹੋਏ ਹੋ? ਪਵਾਂਦੇ ਭਾਵੇਂ ਸਾਨੂੰ 6 ਮਹੀਨੇ ਲੱਗ ਜਾਏ, ਭਾਵੇਂ ਸਾਲ ਲੱਗ ਗਿਆ, ਅੱਗੇ ਅਸੀਂ ਤੇ 15 ਮਹੀਨੇ ਇੱਥੇ ਵੇਖੇ ਗਏ ਹਾਂ ਪਿਛਲੇ ਸਾਲ। ਹੁਣ ਅਗਲਾ ਕੀ ਕਦਮ ਹੋਏਗਾ? ਕਿਸਾਨ ਆਗੂਆਂ ਦੇ ਅਗਲੇ ਕਦਮ ਦਾ ਇੰਤਜ਼ਾਰ ਕਰ ਰਹੇ, ਕਿਉਂਕਿ ਬੀਤੀ ਰਾਤ ਜੋ ਬੈਠਕ ਹੋਈ ਹੈ ਉਹਦੇ ਵਿੱਚ MSP ਨੂੰ ਲੈ ਕੇ ਜੋ ਗੱਲ ਰੁਕੀ ਹੋਈ ਹੈ? ਉਹ ਜੀ, ਜੋ ਸਾਡੇ ਕਿਸਾਨ ਆਗੂ ਸਾਨੂੰ ਕਹਿਣਗੇ, ਦੱਸਣਗੇ, ਉਹਦੇ ਮੁਤਾਬਕ ਉਹ ਗੱਲ ਕਰਨਗੇ, ਅਸੀਂ ਕਰ ਨਹੀਂ ਸਕਦੇ। ਬਿਲਕੁਲ ਸਰ, ਤੁਸੀਂ ਦੇਖ ਰਹੇ ਹੋ ਕਿ ਸ਼ੰਭੂ ਬਾਰਡਰ ਦੇ ਉੱਪਰ ਜੋ ਕਿਸਾਨ ਨੇ ਉਹ ਇੰਤਜ਼ਾਰ ਕਰ ਰਹੇ ਨੇ। ਸੋ ਮੰਗ ਇੱਕੋ ਹੀ ਹੈ ਕਿ MSP ਦੀ ਗਰੰਟੀ ਦਿੱਤੀ ਜਾਵੇ ਜਾਂ ਉਸਦੇ ਨਾਲ ਕੁਝ ਹੋਰ ਮੰਗਾਂ ਨੇ। ਦੱਸਿਆ ਜਾ ਰਿਹਾ ਕਿ ਵੀ ਜੋ ਰਾਤ ਕੇਂਦਰ ਸਰਕਾਰ ਦੇ ਨਾਲ ਬੈਠਕ ਹੋਈ ਹੈ ਉਸਦੇ ਵਿੱਚ MSP ਨੂੰ ਲੈ ਕੇ ਜੋ ਲਗਾਤਾਰ ਰੇੜਕਾ ਬਰਕਰਾਰ ਹੈ, ਕਿਸਾਨਾਂ ਦਾ ਕਹਿਣਾ ਕਿ ਅਸੀਂ ਘਰੋਂ ਮੰਗਾਂ ਮਨਵਾਉਣ ਦੇ ਲਈ ਨਿਕਲੇ ਹਾਂ ਤੇ ਮੰਗਾਂ ਮਨਵਾ ਕੇ ਹੀ ਮੁੜਾਂਗੇ। ਸ਼ੰਭੂ ਬਾਰਡਰ ਤੋਂ ਮੈਂ ਪਰਮਜੀਤ ਕੌਰ ਸੈਣੀ ਤੇ ਮੇਰੇ ਨਾਲ ਮੇਰੇ ਸਹਿਯੋਗੀ ਸੰਦੀਪ ਕੁਮਾਰ।